जी जो सवाल पूछना शुरू करो जी। एक मिनट, मैं अज असी फतेहगढ़ साहब ते पटियाला जिले के वर्कर की मीटिंग रखी सी, जिहड़ा 1 तरीक नूं अपने किसान मार्च आ उहदे संबंध में रखी सी, ते सारे वर्करां नूं अपनी जिहड़ी सारी सिचुएशन वह भी दसी, ते सारयां दी ड्यूटियां लग गईयां। बहुत कामयाब किसान मार्च होगा। मैं यार थोनू कोई चीज़ तुसी बार बार हर रोज़ कहने की लोड़ नहीं है कि असी इस्तीफा दे दिता है। मैं थोनू बार बार हर रोज़ अखबार च इको चीज़ जिते जावां अगले बंदे पुछ लेंदे है इको ही गल है, वो साडी पार्टी फैसला करती है। हले पार्टी की मीटिंग ही नहीं हुई, असीं तां हले मैदान च ही फिरदे हले फौज। ਉਹ ਅਸੀਂ ਪਹਿਲੇ ਅਸੀਂ ਡਿਸਾਈਡ ਕਰ ਲਾਂਗੇ, ਪਹਿਲੇ ਪਹਿਲੀ ਤਰੀਕ ਦਾ ਪ੍ਰੋਗਰਾਮ ਤਾਂ ਮਟਾਈਏ। ਇੱਕ ਜਿਹੜੀ ਕਿਸਾਨ ਜਿਹੜੇ ਨੇ ਸਟੇਜਾਂ ਤੋਂ ਦੋਸ਼ ਲਾ ਰਹੇ ਨੇ ਕਿ ਮੀਟਿੰਗਾਂ ਦੇ ਵਿੱਚ ਜਿਹੜੀ ਪਹਿਲਾਂ ਜਿਹੜੀ ਮੀਟਿੰਗ ਹੋਣੀ ਸੀ ਕਿ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਮੀਟਿੰਗਾਂ ਦੇ ਵਿੱਚ ਆਪ ਪਹਿਲਾਂ ਸ਼ਮੂਲੀਅਤ ਕੀਤੀ ਅਕਾਲੀ ਦਲ ਦੇ ਲੀਡਰਾਂ ਨੇ, ਪਰ ਉਹਦੇ ਬਾਵਜੂਦ ਵੀ ਜਦੋਂ ਪਾਸ ਹੋ ਗਿਆ ਤਾਂ ਰੌਲਾ ਪੈ ਗਿਆ, ਫਿਰ ਇਹ ਪਿੱਛੇ ਹਟੇ। ਪਹਿਲੀ ਗੱਲ ਕਿਹੜੀ ਮੀਟਿੰਗਾਂ ਸ਼ਮੂਲੀਅਤ ਕੀਤੀ? ਜਿਹੜੀ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਜਿਹੜੇ ਉਹ ਪਹਿਲੀ ਗੱਲ ਹੈ, ਤੁਸੀਂ ਪਾਰਲੀਮੈਂਟ ਸੁਣੇ, ਪਾਰਲੀਮੈਂਟ ਵਿੱਚ ਕੋਈ ਝੂਠ ਨਹੀਂ ਬੋਲ ਸਕਦਾ। ਅਸੀਂ ਕਿਹਾ ਸਾਨੂੰ ਪੁੱਛਿਆ ਹੀ ਨਹੀਂ ਗਿਆ ਪਾਰਲੀਮੈਂਟ 'ਚ। ਮੈਂ ਕਿਹਾ ਤੁਸੀਂ ਸੁਣੀ ਹੋਣੀ ਪੀਸ਼ ਕਿ ਅਕਾਲੀ ਦਲ ਨੂੰ ਕਿਤੇ ਬੁਲਾਇਆ ਨਹੀਂ ਗਿਆ। 5 ਚੀਫ ਮਿਨਿਸਟਰਾਂ, 7 ਚੀਫ ਮਿਨਿਸਟਰਾਂ ਦੀ ਕਮੇਟੀ ਬਣੀ ਸੀ ਜਿਨ੍ਹਾਂ ਨੇ ਇਹ ਕਾਨੂੰਨ ਬਣਾਇਆ, ਉਹਦੇ ਵਿੱਚ 2 ਕਾਂਗਰਸ ਦੇ ਚੀਫ ਮਿਨਿਸਟਰ ਸੀ, ਪੰਜਾਬ ਵਾਲਾ ਅਤੇ ਮੱਧ ਪ੍ਰਦੇਸ਼ ਵਾਲਾ। ਕਿਹਨੇ ਕਿਹਾ? ਕੈਬਨਿਟ ਦੇ ਵਿੱਚ ਜਦੋਂ ਆਇਆ ਪਹਿਲੀ ਵਾਰ, ਉਦੋਂ ਪਹਿਲੀ ਵਾਰ ਪਤਾ ਲੱਗਾ ਕੈਬਨਿਟ 'ਚ ਅਸੀਂ ਉਦੋਂ ਹੀ ਵਿਰੋਧ ਕੀਤਾ ਸੀ। ਉਦੋਂ ਕਿਸੇ ਕੈਬਨਿਟ ਦੇ ਮਿਨਿਸਟਰ ਨੇ ਕਿਹਾ ਅਸੀਂ ਨਾਂ ਲੈ ਕੇ ਕਿ ਇਹਨਾਂ ਨੇ ਵਿਰੋਧ ਨਹੀਂ ਕੀਤਾ ਅਸੀਂ, ਤੋ ਇਸ ਕਰਕੇ ਅਸੀਂ ਕਾਂਗਰਸੀਆਂ ਵਾਂਗੂ ਝੂਠ ਬੋਲਣ ਵਾਲੇ ਨਹੀਂ ਹੈ। ਕਾਂਗਰਸੀਆਂ ਕੈਪਟਨ ਸਾਹਿਬ ਅਤੇ ਇਹਨਾਂ ਨੇ ਤਾਂ ਬਿੱਲ ਪਾਸ ਕੀਤੇ ਆ, ਇਹਨਾਂ ਨੇ ਪੰਜਾਬ 'ਚ ਐਕਟ ਪਾਸ ਕੀਤਾ, ਆਪਣੇ ਚੋਣ ਪੱਤਰਾਂ 'ਚ ਅਕਾਲੀ ਦਲ ਦਾ ਚੋਣ ਪੱਤਰ ਦੇਖ ਲਓ ਜੇ ਲਿਖਿਆ ਜਾਂ ਕੁਛ। ਮੈਂ ਉਹ ਕਹਿੰਦਾ ਜੇ ਅਗਵਾਈ ਕਰਨਾ ਪਹਿਲੇ ਆਪਣੇ ਘਰੋਂ ਤਾਂ ਨਿਕਲ, ਹੁਣ ਅਸੀਂ ਰੈਲੀ ਉਹਨਾਂ ਦੇ ਘਰੇ ਕਰਾਂਗੇ, ਆਪ ਤਾਂ ਘਰੋਂ ਨਿਕਲ ਦੇਣੀ, ਘੱਟ ਤੋਂ ਘੱਟ ਘਰੋਂ ਤਾਂ ਨਿਕਲਣਾ। ਜੇ ਅਸੀਂ ਸਾਰਿਆਂ ਨੇ ਉਹਨਾਂ ਦੀ ਅਗਵਾਈ ਕਰਨੀ ਹੈ ਤਾਂ ਕਿੱਥੇ ਕਰੀਏ? ਜੇ ਕਹਿੰਦੇ ਆ ਫਾਰਮ ਹਾਊਸ ਅਸੀਂ ਆ ਜਾਂਦੇ ਘੇਰਾ ਪਾ ਲੈਣੇ, ਉੱਥੇ ਆਪਾਂ ਧਰਨੇ ਦੇ ਦਿੰਦੇ ਸੀ। ਹਰ ਜਥੇਬੰਦੀ ਦਾ ਆਪਣਾ ਤਰੀਕਾ ਹੁੰਦਾ, ਅਸੂਲ ਹੁੰਦਾ, ਅਸੀਂ ਉਹਦੇ ਦਖਲ ਨਹੀਂ ਚੱਲਣਾ ਚਾਹੁੰਦੇ। ਪਰ ਅਸੀਂ ਕੱਲ੍ਹ ਵੀ ਸਮਰਥਨ ਕੀਤਾ ਸਾਰੇ ਜਥੇਬੰਦੀਆਂ ਨੂੰ, ਅਤੇ ਮੈਂ ਕਹਿਣਾ ਚਾਹੁੰਦਾ ਜਥੇਬੰਦੀਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੀ ਜਥੇਬੰਦੀ ਹੈ, ਹੈਂ ਜਿਵੇਂ ਉਹ ਕਿਸਾਨਾਂ ਦੀ ਪ੍ਰਤੀਨਿਧੀ ਕਰਦੇ ਅਸੀਂ ਵੀ ਕਰਦੇ ਹਾਂ। ਕਾਂਗਰਸ ਇੱਕ ਮਿੰਟ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ, ਤੋ ਇਸ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਹੈ। ਭਾਵੇਂ ਸਾਨੂੰ ਕੋਈ ਅੱਗੇ ਲੱਗ ਜਾ, ਅੱਗੇ ਲੱਗ ਲਾਂਗੇ, ਸਾਨੂੰ ਕਹਿਣ ਪਿੱਛੇ ਲੱਗ ਜਾਓ ਜੀ, ਪਿੱਛੇ ਲੱਗ ਜਾਂਗੇ, ਸਾਨੂੰ ਨਿਸ਼ਾਨਾ ਇੱਕੋ ਇੱਕ ਹੈ। ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਕੋਈ ਬਿਆਨ ਹੈ? ਰਾਹੁਲ ਗਾਂਧੀ ਤਾਂ ਉੱਥੇ ਹੈ ਹੀ ਨਹੀਂ, ਨਾ ਸੋਨੀਆ ਗਾਂਧੀ ਸੀ ਪਾਰਲੀਮੈਂਟ 'ਚ ਉਦੋਂ ਜਦੋਂ ਕਾਨੂੰਨ ਪਾਸ ਕੀਤਾ। ਕਾਂਗਰਸੀ ਤਾਂ ਅਤੇ ਆਮ ਆਦਮੀ ਪਾਰਟੀ ਤਾਂ ਵੋਟ ਪਾਉਣ ਵੀ ਨਹੀਂ ਗਏ। ਤੁਹਾਡੇ ਕੱਲ ਸਾਡੇ ਧਰਨਿਆਂ 'ਚ ਪੂਰੇ ਘੱਟ ਤੋਂ ਘੱਟ ਹਰ ਹਲਕੇ 'ਚ 117 ਹਲਕਿਆਂ 'ਚ ਜਿਹੜੇ ਕਿਸਾਨ ਬੈਠੇ ਧਰਨੇ 'ਚ ਆਏ ਸੀ ਉਹ ਕਿਸਾਨ ਨਹੀਂ ਸੀ ਜਿਨ੍ਹਾਂ ਨੇ ਸਵਾਗਤ ਕੀਤਾ, ਜਿਨ੍ਹਾਂ ਨੇ ਸਵਾਗਤ ਕੀਤਾ। ਨਹੀਂ ਇੱਕ ਮਿੰਟ ਯਾਰ, ਇੱਕ ਮਿੰਟ, ਮੈਂ ਤੁਹਾਨੂੰ, ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ, ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ। ਕਈ ਕਾਂਗਰਸੀ ਬੜੇ ਫਿਰਦੇ ਉਹਨਾਂ 'ਚ, ਕਈ ਆਮ ਆਦਮੀ ਬੜੀ ਬੜੀ, ਉਹ ਸਿਆਸਤ ਖੇਡ ਰਹੇ ਆ। ਮੈਂ ਨਹੀਂ ਕਿ ਸਟੇਜਾਂ ਨਹੀਂ, ਮੈਂ ਕਿਹਾ ਕਈ ਕਾਂਗਰਸੀ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਮੈਂ ਤੁਹਾਨੂੰ ਦੱਸਾਂ ਕੀ ਹੈ, ਮੈਂ ਬੜਾ ਕਲੀਅਰ ਹਾਂ, ਹਰ ਜਥੇਬੰਦੀ ਦਾ ਆਪਣਾ ਤਰੀਕਾ ਹੈ ਲੜਾਈ ਲੜਨ ਦਾ। ਪਰ ਹੁਣ ਅਗਲਾ ਪਲਾਨ ਕੀ ਹੈ ਜੀ? ਅਗਲਾ ਪਲਾਨ ਮੈਂ ਦੱਸਾਂ, ਇਹਨਾਂ ਨੇ ਸਾਫ ਅਪੀਲ ਕੀਤੀ ਆ ਵੀ ਹਰ ਪਾਰਟੀ ਨੂੰ, ਹਰ ਜਥੇਬੰਦੀ ਆਓ ਇਕੱਠੇ ਹੋ ਕੇ ਚੱਲੀਏ, ਆਪਾਂ ਇੱਕ ਦੂਜੇ ਨਾਲ, ਆਪਾਂ ਇੱਕ ਦੂਜੇ ਨਾਲ ਆਪਣਾ ਕੋਈ ਵੈਰ ਨਹੀਂ, ਆਪਣਾ ਵੈਰ ਜਿੱਥੇ ਆ ਉਹਦੇ ਨਾਲ ਲੜੀਏ, ਅਤੇ ਸਾਨੂੰ ਕੋਈ ਚੌਧਰ ਦੀ ਲੋੜ ਨਹੀਂ ਹੈ, ਨਾ ਅਸੀਂ ਚੌਧਰ ਪਾਸੇ ਲੜਦੇ ਹਾਂ।
ਸਾਨੂੰ ਤਾਂ ਜੇ ਅੱਗੇ ਕਹੋਗੇ ਕਿ ਅੱਗੇ ਹੋ ਕੇ ਕੁਰਬਾਨੀ ਦੇਣੀ ਅੱਗੇ ਦੇ ਦਾਂਗੇ ਪਿੱਛੇ ਹੋ ਕੇ ਕਹਿੰਦੇ ਪਿੱਛੇ ਲੱਗ ਜਾ।